ఆయిల్ ల్యాండ్ చేసింది ఈ టాపిక్లో. ਬੱਚੇ ਵਗੈਰਾ ਕੋਈ ਸੀਗੇ ਤੇ ਕੀ ਕਾਰਨ ਉਸ ਪਰੇਸ਼ਾਨੀ ਸੀਗੀ ਜਾਂ ਵੈਸੇ ਕੋਈ ਨਹੀਂ ਪਤਾ ਲੱਗਿਆ? ਹਾਦਸਾ ਮਤਲਬ ਕੁਛ ਨੀ ਪਤਾ ਲੱਗਿਆ, ਪਤਾ ਨੀ ਲੱਗਿਆ ਟ੍ਰੇਨ ਦਾ। ਤੁਹਾਨੂੰ ਕਿਵੇਂ ਇਨਫੋਰਮੇਸ਼ਨ ਮਿਲੀ ਜੀ? ਸਾਨੂੰ ਮੇਰੇ ਪਾਪਾ ਦਾ ਫੋਨ ਆਇਆ ਸੀ, ਰੇਲਵੇ ਟਰੈਕ ਕ੍ਰੋਸ ਕਰਨ ਲੱਗਾ ਸੀ, ਸਾਹਮਣੇ ਡਾਕਟਰ ਦੇ ਦਵਾਈ ਆਉਣ ਲੈਣ ਲੱਗਾ ਸੀਗਾ। ਉੱਥੋਂ ਜਦੋਂ ਮੈਂ ਰੇਲਵੇ ਟਰੈਕ ਕ੍ਰੋਸ ਕੀਤਾ ਤੇ ਉਸ ਟ੍ਰੇਨ ਦੀ ਫੇੜ ਵੱਜੀ। ਕਿੰਨੀ ਕੁ ਉਮਰ ਸੀ ਜੀ? ਉਮਰ ਹੋਊਗੀ ਤਕਰੀਬਨ 40 ਦੇ, 42 ਦੇ ਕਰੀਬ। ਬੋਡੀ ਨੂੰ ਲਿਆਂਦੇ ਇੱਥੇ ਵਾਰਸ ਪਹੁੰਚ ਗਈ ਉਹਨਾਂ ਦੇ? ਵਾਰਸੇ ਤੇ ਪਹੁੰਚ ਗਈ ਹੈ। ਜਸ਼ਪਾਲ ਨਾਂ ਹੈ, ਇਹਦਾ ਮੋਗੇ ਦਾ ਹੀ ਹੈ, ਰਹਿਣ ਵਾਲਾ ਵਾਰਸੇ ਦੇ ਨਾਲ ਹੀ ਆਏ ਆ ਸਾਡੇ। ਹਸਪਤਾਲ ਬੋਡੀ ਜਮ੍ਹਾਂ ਕਰਾ ਦਿੱਤੀ ਗਈ? ਹਾਂ, ਹਸਪਤਾਲ ਜਮ੍ਹਾਂ ਕਰਾ ਦਿੱਤੀ, ਪੋਸਟਮਾਰਟਮ ਕਰਕੇ ਇਹਨਾਂ ਦੇ ਹਵਾਲੇ ਕੀਤੇ।